ਇੰਗਲੈਂਡ ਦੌਰੇ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ 1984 ਸਿੱਖ ਕਤਲੇਆਮ ਬਾਰੇ ਦਿੱਤੇ ਬਿਆਨ ਉੱਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਮੈਦਾਨ ਦੇ ਵਿੱਚ ਆ ਨਿਤਰੀ ਹੈ। ਇਸ ਮਾਮਲੇ ਉੱਤੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਹੈ ਕਿ ਰਾਹੁਲ ਗਾਂਧੀ ਦੀ ਸੋਚ ਅਜੇ ਤੱਕ ਨਹੀਂ ਬਦਲੀ ਅਤੇ ਉਹ ਆਪਣੇ ਪਿਤਾ ਅਤੇ ਦਾਦੀ ਦਾ ਬਚਾਅ ਕਰਨ ਦੇ ਵਿੱਚ ਲੱਗੇ ਹੋਏ ਨੇ। ਉਹਨਾਂ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਲੰਡਨ ਵਿੱਚ ਕਿਹਾ ਸੀ ਕਿ 1984 ਦੇ ਸਿੱਖ ਕਤਲਿਆਂ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਹੈ। ਸੁਖਬੀਰ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਆ ਰਾਹੁਲ ਗਾਂਧੀ ਨੇ ਇੱਕ ਕਲੀਅਰ ਮੈਸੇਜ ਦੇ ਦਿੱਤਾ ਕਿ ਗਾਂਧੀ ਫੈਮਿਲੀ ਉਹਨਾਂ ਲੋਕਾਂ ਦੇ ਮਗਰ ਹੈ ਜਿਨ੍ਹਾਂ ਨੇ 84 ਵਿੱਚ ਹਜ਼ਾਰਾਂ ਭੈਣ ਭਰਾ ਸਿੱਖ ਭੈਣਾਂ ਭਰਾਵਾਂ ਦਾ ਕਤਲ ਕੀਤਾ। ਮੈਂ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਵਿੱਚ ਅਤੇ ਤੁਹਾਡੇ ਬਾਪ ਵਿੱਚ ਅਤੇ ਤੁਹਾਡੀ ਦਾਦੀ ਦੇ ਵਿੱਚ ਮਤਲਬ ਸੋਚ ਹਲੇ ਤੱਕ ਵੀ ਨਹੀਂ ਬਦਲੀ ਹਜ਼ਾਰਾਂ ਸਿੱਖ ਭੈਣ ਭਰਾਵਾਂ ਦੇ ਕਤਲੇਆਮ ਕਰਨ ਦੇ ਬਾਅਦ ਹਲੇ ਵੀ ਤੁਸੀਂ ਪ੍ਰੋਟੈਕਟ ਕਰਨ 'ਤੇ ਲੱਗੇ ਹੋ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਕਾਂਗਰਸੀ ਆਗੂ ਖੁਦ ਵੀ ਮੰਨਦੇ ਨੇ ਕਿ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਸਿੱਖ ਕਤਲਿਆਂ ਲਈ ਜ਼ਿੰਮੇਵਾਰ ਨੇ। ਉਹਨਾਂ ਕਿਹਾ ਹੈ ਕਿ ਖੁਦ ਟਾਈਟਲਰ ਨੇ ਸਟਿੰਗ ਆਪਰੇਸ਼ਨ ਦੌਰਾਨ 100 ਸਿੱਖਾਂ ਨੂੰ ਮਾਰਨ ਦੀ ਗੱਲ ਕਬੂਲੀ ਸੀ, ਇਸ ਲਈ ਸਿੱਖ ਕੌਮ ਉਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ। ਜਗਦੀਸ਼ ਟਾਈਟਲਰ ਨੇ ਆਪਣੀ ਇੰਟਰਵਿਊ ਵਿੱਚ ਕਿਹਾ ਕਿ ਮੈਂ ਉਸ ਦਿਨ ਆਪਣੀ ਕਾਰ ਚਲਾ ਕੇ ਰਾਜੀਵ ਗਾਂਧੀ ਨੂੰ ਨਾਲ ਬਿਠਾ ਕੇ ਮੈਂ ਦਿੱਲੀ ਦੀ ਗਲੀਆਂ 'ਚ ਲੈ ਕੇ ਗਿਆ। ਜਗਦੀਸ਼ ਟਾਈਟਲ ਨੇ ਸਟਿੰਗ ਆਪਰੇਸ਼ਨ ਜਿਹੜਾ ਹੋਇਆ ਉਹਦਾ ਉਹਦੇ 'ਚ ਬੜੇ ਬੋਸਟ ਤਰੀਕੇ ਨਾਲ ਕਿਹਾ ਕਿ 100 ਘੱਟ ਤੋਂ ਘੱਟ 100 ਸਿੱਖ ਤਾਂ ਮੈਂ ਮਾਰੇ ਹੈ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਨਾਨਾਵਤੀ ਰਿਪੋਰਟ ਨੇ ਵੀ ਕੋਲੈਬਰੇਟ ਕੀਤਾ ਕਿ ਜਿੱਥੇ ਰਾਜੀਵ ਗਾਂਧੀ ਗਿਆ ਅਤੇ ਜਿੱਥੇ ਟਾਈਟਲਰ ਨੇ ਕਿਹਾ ਉੱਥੇ ਸਭ ਤੋਂ ਵੱਧ ਸਿੱਖ ਮਾਰੇ ਗਏ। ਮੈਂ ਪੁੱਛਣਾ ਚਾਹੁੰਦਾ ਜੇ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਨੇ ਕਿਸੇ ਸਿੱਖ ਦੀ ਜਾਂ ਸਿੱਖ ਭੈਣ ਭਰਾ ਦਾ ਕਤਲੇਆਮ ਨਹੀਂ ਕੀਤਾ 84 ਵਿੱਚ, ਫਿਰ ਤੁਸੀਂ ਸੱਜਣ ਕੁਮਾਰ ਟਾਈਟਲਰ ਦੀ ਟਿਕਟਾਂ ਕਿਉਂ ਕੱਟੀਆਂ? HKL ਭਗਤ ਸਾਰੇ ਟਿਕਟਾਂ ਕਿਉਂ ਕੱਟੀਆਂ? ਤੁਸੀਂ ਟਾਈਟਲਰ ਮਨਮੋਹਨ ਸਿੰਘ ਦੀ ਕੈਬਨਿਟ ਮੰਤਰੀ ਸੀ, ਜੇ ਨਾਨਾਵਤੀ ਰਿਪੋਰਟ ਪੇਸ਼ ਹੋਈ ਫਿਰ ਟਾਈਟਲਰ ਨੂੰ ਉੱਥੋਂ ਮੰਤਰੀ ਮੰਡਲ 'ਚੋਂ ਕਿਉਂ ਕੱਢਿਆ? ਤੁਸੀਂ ਟਾਈਟਲਰ ਨੇ ਆਪ ਕਿਹਾ ਕਿ ਸਾਨੂੰ ਮੈਨੂੰ ਚੀਫ ਮਿਨਿਸਟਰ ਅਤੇ ਰਾਜ ਸਭਾ ਦੀ ਮੈਨੂੰ ਕਮਿਟਮੈਂਟ ਕੀਤੀ ਗਈ ਸੀ। ਬਾਰ ਬਾਰ ਤੁਸੀਂ ਗਾਂਧੀ ਪਰਿਵਾਰ ਉਹਨੂੰ ਨਾਲੇ ਸਪੋਰਟ ਕਰਦਾ, ਤੁਸੀਂ ਆਪਣੇ ਆਪ ਤੁਸੀਂ ਕਿਹਾ ਆਪ ਰਾਹੁਲ ਗਾਂਧੀ ਦੇ ਬਿਆਨ ਹੈ ਕਿ ਡਾਕਟਰ ਮਨਮੋਹਨ ਸਿੰਘ ਨੇ ਜਦੋਂ ਮਾਫ਼ੀ ਮੰਗੀ ਐਜ਼ ਪ੍ਰਾਈਮ ਮਿਨਿਸਟਰ ਹਜ਼ਾਰਾਂ ਭੈਣਾਂ ਦੇ ਪ੍ਰਾਂਤ ਦੇ ਕਤਲੇਆਮ ਦੀ ਮਾਫ਼ੀ ਮੰਗੀ ਉਦੋਂ ਤੁਸੀਂ ਵੈਲਕਮ ਕੀਤਾ, ਤੁਸੀਂ ਆਪ ਹੀ ਪੰਜਾਬ ਕੀਤਾ ਬੜੀ ਗੱਲ, ਹੁਣ ਤੁਸੀਂ ਪਲਟਾ ਮਾਰ ਗਏ।
ਸੁਖਬੀਰ ਬਾਦਲ ਨੇ ਰਾਹੁਲ ਗਾਂਧੀ ਵੱਲੋਂ 1984 ਸਿੱਖ ਨਸਲ ਕੁਸ਼ੀ ਉੱਤੇ ਦਿੱਤੇ ਵਿਵਾਦਤ ਬਿਆਨ ਉੱਤੇ ਬੋਲਦਿਆਂ ਕਿਹਾ ਕਿ ਰਾਹੁਲ ਗਾਂਧੀ ਕਾਤਲਾਂ ਨੂੰ ਬਚਾਉਣ ਲਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਅਕਾਲੀ ਦਲ ਇਹਨਾਂ ਨੂੰ ਸਜ਼ਾ ਦਵਾ ਕੇ ਹੀ ਰਹੇਗੀ। ਰਾਹੁਲ ਗਾਂਧੀ ਜਿੰਨਾ ਮਰਜ਼ੀ ਤੂੰ ਜ਼ੋਰ ਲਾ ਲਾ ਇਹਨਾਂ ਕਾਤਲਾਂ ਨੂੰ ਬਚਾਉਣ ਤੇ, ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਪੰਥ ਲਗਾਤਾਰ ਲੜਾਈ ਲੜੂਗਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ, ਜਦੋਂ ਤੱਕ ਉਹ ਸਾਰੇ ਕਾਤਲ ਅੰਦਰ ਨਹੀਂ ਹੁੰਦੇ। ਅਕਾਲੀ ਦਲ ਨੇ ਹਮੇਸ਼ਾ ਹੀ 1984 ਸਿੱਖ ਕਤਲਿਆਂ ਮੁੱਦੇ ਉੱਤੇ ਕਾਂਗਰਸ ਨੂੰ ਘੇਰਿਆ ਹੈ, ਪਰ ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਅਕਾਲੀ ਦਲ ਪੰਜਾਬ ਦੇ ਵਿੱਚ ਲਗਾਤਾਰ ਦੋ ਵਾਰੀ ਸਰਕਾਰ ਬਣਾਉਣ ਵਿੱਚ ਸਫਲ ਰਿਹਾ ਹੈ ਅਤੇ ਕੇਂਦਰ ਵਿੱਚ ਵੀ ਅਕਾਲੀਆਂ ਦੀ ਭਾਈਵਾਲ ਪਾਰਟੀ ਭਾਜਪਾ ਦਾ ਕਾਰਜਕਾਲ ਵੀ ਹੁਣ ਖਤਮ ਹੋਣ ਵਾਲਾ ਹੈ, ਪਰ ਇਸਦੇ ਬਾਵਜੂਦ ਵੀ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਸੁਖਬੀਰ ਬਾਦਲ ਹੁਣ ਤੱਕ 84 ਕਤਲਿਆਂ ਪੀੜਤਾਂ ਨੂੰ ਇਨਸਾਫ ਦਿਵਾਉਣਾ ਤਾਂ ਇੱਕ ਪਾਸੇ, ਕੋਈ ਵੀ ਕੇਸ ਅੱਗੇ ਨਹੀਂ ਲਿਜਾ ਸਕੇ। ਸੋ ਇਹਨਾਂ ਗੱਲਾਂ ਤੋਂ ਸਾਫ਼ ਹੈ ਕਿ 84 ਕਤਲੇਆਮ ਦਾ ਮੁੱਦਾ ਸੁਖਬੀਰ ਬਾਦਲ ਲਈ ਸਿਰਫ ਸਿਆਸੀ ਪੈਂਤੜਾ ਹੀ ਹੈ ਅਤੇ ਇਸ ਤੋਂ ਇਲਾਵਾ ਹੋਰ ਕੱਖ ਵੀ ਨਹੀਂ। ਬਿਊਰੋ ਰਿਪੋਰਟ FYI ਮੀਡੀਆ ਲਈ।